ਜੋ ਹੋ ਰਹੇ ਨੇ ਇਹ ਸਾਰੇ ਦੇ ਸਾਰੇ ਰਿਜ਼ਲਟ ਲੇਟੈਸਟ ਅਪਡੇਟ ਨੇ, ਜਿਸ ਦੇ ਵਿੱਚ ਸਿਰਫ ਗ੍ਰੈਜੂਏਸ਼ਨ ਦੇ ਰਿਜ਼ਲਟ ਤੁਹਾਨੂੰ ਸ਼ੋ ਹੋ ਰਹੇ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ BBA, BCA, BA ਇਹਨਾਂ ਸਾਰੀਆਂ ਕੋਰਸਿਸ ਦੇ ਰਿਜ਼ਲਟ ਜਿਹੜੇ ਨੇ ਉਹ ਅਪਡੇਟ ਹੋ ਚੁੱਕੇ ਨੇ। ਜੇਕਰ ਆਪਾਂ ਗੱਲ ਕਰੀਏ ਕਿ ਮਾਸਟਰ ਲੈਵਲ ਦੇ ਕੋਰਸਿਸ ਦੇ ਕਿਹੜੇ ਕਿਹੜੇ ਰਿਜ਼ਲਟ ਅਪਡੇਟ ਰਹੇ ਨੇ, ਤਾਂ ਉਹ ਵੀ ਤੁਹਾਨੂੰ ਮੈਂ ਇੱਕੋ ਵਾਰ ਦਿਖਾ ਦਿੰਦਾ ਹਾਂ। ਤਾਂ ਜੇਕਰ ਤੁਸੀਂ ਮਾਸਟਰ ਲੈਵਲ ਦੇ ਕੋਰਸਿਸ ਦੀ ਗੱਲ ਕਰਦੇ ਹੋ ਤਾਂ MSc, ਉਸ ਤੋਂ ਬਾਅਦ MA ਦੇ ਵੱਖ ਵੱਖ ਕੋਰਸਿਸ ਜਿਵੇਂ ਕਿ ਹਿਸਟਰੀ, ਸਾਈਕੋਲੋਜੀ, ਡੇਟਾ ਸਾਇੰਸ, ਡਿਫੈਂਸ ਸਟੱਡੀ, ਉਸ ਦੇ ਨਾਲ ਹੀ ਇੰਗਲਿਸ਼, ਹਿਸਟਰੀ, ਰਿਲੀਜਨ, ਸਾਈਕੋਲੋਜੀ, MSc IT, ਮੈਥੇਮੈਟਿਕਸ, ਪਬਲਿਕ ਐਡ, ਪੋਲੀਟੀਕਲ ਸਾਇੰਸ, ਇਕਨੋਮਿਕਸ, ਰਿਲੀਜੀਅਸ ਸਟੱਡੀ, ਤਾਂ ਇਹ ਸਾਰੇ ਕੋਰਸਿਸ MCOM ਸਮੈਸਟਰ 1, ਤਾਂ ਇਹ ਸਾਰੇ ਕੋਰਸਿਸ ਦੇ ਜਿਹੜੇ ਰਿਜ਼ਲਟਸ ਨੇ ਮਾਸਟਰ ਲੈਵਲ ਦੇ ਆ ਚੁੱਕੇ ਨੇ। ਸੋ ਜੇਕਰ ਤੁਸੀਂ ਇਹਨਾਂ ਕਲਾਸਿਸ ਦੇ ਵਿਦਿਆਰਥੀ ਹੋ ਤਾਂ ਤੁਸੀਂ ਇਹ ਸ਼ਾਰਟ ਦੇ ਵਿੱਚ ਦੇਖ ਸਕਦੇ ਹੋ ਕਿਹੜੇ ਕਿਹੜੇ ਕਲਾਸਿਸ ਦੇ ਰਿਜ਼ਲਟ ਜਿਹੜੇ ਨੇ ਤੁਹਾਡੇ ਸਕਰੀਨ ਦੇ ਉੱਪਰ ਸਾਹਮਣੇ ਸ਼ੋਅ ਹੋ ਰਹੇ ਨੇ। ਸੋ ਇਹੋ ਜਿਹੀਆਂ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਨਾਲ ਦੀ ਨਾਲ ਬੈੱਲ ਆਈਕਨ ਪ੍ਰੈੱਸ ਕਰਨਾ, ਨਾਲ ਦੀ ਨਾਲ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਣਾ।